ਪਿਆਰੇ ਦਰਸ਼ਕੋ, ਦੋ ਦਿਨ ਪਹਿਲਾਂ ਅਸੀਂ ਇੱਕ ਗੁਰਸਿੱਖ ਸਾਫ ਸੁਰਤ ਗੁਰਸਿੱਖ ਦੀ ਫੋਟੋ ਦਿਖਾਈ ਸੀ, ਵੀਡੀਓ ਦਿਖਾਈ ਸੀ ਕਿ ਉਹ ਇੱਕ ਅੰਗਹੀਣ ਹੋਣ ਦੇ ਨਾਲ ਨਾਲ ਆਪਣਾ ਜਿਹੜਾ ਕਿਵੇਂ ਗੁਜ਼ਾਰਾ ਕਰਦਾ ਹੈ ਅਤੇ ਆਪਣਾ ਕਿਸੇ ਅੱਗੇ ਹੱਥ ਨਹੀਂ ਅੜਦਾ ਸੀਗਾ। ਸਾਡੀ ਉਸ ਵੀਡੀਓ ਦੇਖਣ ਤੋਂ ਬਾਅਦ ਕੁਛ ਲੋਕ, ਸਮਾਜ ਸੇਵੀ, ਹੋਰ ਸੰਸਥਾਵਾਂ ਜਿਹੜੀਆਂ ਅੱਜ ਦੁਬਾਰਾ ਇਸ ਭਾਈ ਸਾਹਿਬ ਕੋਲ ਪਹੁੰਚੀਆਂ ਨੇ ਅਤੇ ਸਾਡੇ ਨਾਲ ਰਾਜੂ ਸਤਿਆਲ ਜੀ ਹੈ ਜਿਹੜੇ ਕਿ MCB ਹੈਗੇ ਹੈ, ਅਤੇ ਉਹਨਾਂ ਵੱਲੋਂ ਕਿਵੇਂ ਦਾ ਉਪਰਾਲਾ, ਜਿਹੜਾ ਕਿਵੇਂ ਇਹਨਾਂ ਨੂੰ ਜਿਹੜਾ ਕਿਵੇਂ ਕਿੱਥੇ ਇਹਨਾਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਕਿ ਇਹਨਾਂ ਦਾ ਪਾਲਣ ਪੋਸ਼ਣ ਜਾਂ ਰੋਟੀ ਪਾਣੀ ਜਾਂ ਸਿਰ ਢੱਕਣ ਵਾਸਤੇ ਛੱਤ ਹੋਵੇ। ਰਾਜੂ ਜੀ, ਤੁਸੀਂ ਕਿਵੇਂ ਪਹੁੰਚੇ ਪਹਿਲਾਂ ਇੱਥੇ? ਸਤਿ ਸ਼੍ਰੀ ਅਕਾਲ ਜੀ, ਮੈਨੂੰ ਲਵ ਭਾਅ ਜੀ ਦਾ ਫੋਨ ਆਇਆ ਸੀਗਾ ਰਾਤੀ, ਇਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ ਸੀ ਸਿੰਘ ਸਾਹਿਬ ਦੀ, ਇਹ ਕਹਿੰਦੇ ਇਸ ਤਰ੍ਹਾਂ ਦੇ ਕੋਈ ਹੈਗੇ ਨੇ, ਅਤੇ ਸਵੇਰੇ ਗਿੰਨੀ ਮੇਰਾ ਨਾਲ ਬ੍ਰਦਰ ਹੈ ਨਾ, ਇਹ ਕਹਿਣ ਲੱਗੇ ਵੀ ਰਾਜੂ ਭਾਅ ਜੀ ਆਪਾਂ ਨੇ ਕੁਛ ਜੇ ਕਰ ਸਕਦੇ ਕੁਛ ਕਰੀਏ ਉਹਦਾ ਬਾਰੇ, ਤਾਂ ਅਸੀਂ ਭਾਅ ਜੀ ਇੱਥੇ ਆਏ ਫਿਰ, ਅਤੇ ਇੱਥੇ ਆ ਕੇ ਜਦੋਂ ਦੇਖਿਆ ਇਹਦੀ ਮਤਲਬ ਹਾਲਤ, ਵੈਸੇ ਜਦੋਂ ਹੈ ਤਰਸਯੋਗ ਹੀ ਹੈ, ਪਰ ਆ ਭੈਣ ਇਹਦੀ ਕੈਨੇਡਾ ਟੋਰਾਂਟੋ ਰਹਿੰਦੀ ਹੈ, ਆਪ ਦਿੱਲੀ ਦਾ ਵਸਨੀਕ ਹੈ, ਅਤੇ ਭੈਣ ਇੱਕ ਪਾਣੀਪਤ ਹੈ, ਦੋ ਬ੍ਰਦਰ ਦਿੱਲੀ ਹੈ ਇਹਦੇ, ਅਤੇ ਬ੍ਰਦਰਾਂ ਨਾਲ ਇਹਦਾ ਡਿਸਪਿਊਟ ਹੋਇਆ ਹੋਇਆ ਕੋਈ, ਰੱਬ ਜਾਣੇ ਡਿਸਪਿਊਟ ਕੀ ਆ, ਅਸੀਂ ਨਹੀਂ ਉਹਦੇ 'ਚ ਪੈਂਦੇ, ਨਾ ਤੁਹਾਨੂੰ ਪਤਾ ਇਹ ਦੱਸਦਾ ਕੁਛ ਹੋਰ ਹੈ, ਉਹ ਕੁਛ ਹੋਰ ਦੱਸਣਗੇ ਲੱਗਦਾ, ਜੋ ਜਿਵੇਂ ਗੱਲ ਹੋਊਗੀ ਕਦੀ ਉਹਨਾਂ ਨਾਲ, ਅਤੇ ਗੱਲ ਸਾਡੀ ਸਾਰੀ ਇਹ ਹੈ ਜੀ ਬੱਗਾ ਜੀ, ਅਸੀਂ ਚਾਹੁੰਦੇ ਵੀ ਇਹਦਾ ਕੁਛ ਨਾ ਕੁਛ ਜੇ RG ਇੱਥੇ ਕੁਛ ਕਰ ਸਕੀਏ ਅਸੀਂ, ਉਹ ਜ਼ਰੂਰ ਕਰਾਂਗੇ, ਉਹ ਵੀ 5-4-6 ਦਿਨ ਅਸੀਂ ਕਿੰਨਾ ਕਰ ਸਕਦੇ ਹਾਂ, ਅਸੀਂ ਵੀ ਜਿੰਨੀ ਕੁਛ ਜ਼ਰੂਰ ਕਰਾਂਗੇ। ਇਹ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਕਿਸੇ ਸੰਸਥਾ ਤੋਂ ਕੋਲ ਨਾ ਛੱਡ ਕੇ ਨਾ ਆਓ, ਮੈਂ ਰਹਿਣਾ ਨਹੀਂ ਹੈ ਕਿਤੇ, ਮੈਂ ਆਪਦੀ ਮਿਹਨਤ ਕਰਨੀ, ਮੈਂ ਆਪਦੀ ਰੋਟੀ ਖਾਣੀ ਹੈ, ਆਜ਼ਾਦ ਰਹਿਣਾ ਚਾਹੁੰਦਾ, ਰਹਿਣਾ ਚਾਹੁੰਦਾ। ਇਹ ਕਹਿੰਦਾ ਕਿਸੇ ਦੇ ਕੋਲ ਮੈਂ ਰਹਿਣਾ ਨਹੀਂ, ਜਾ ਕੇ ਕਿਸੇ ਦਾ ਬਰਡਨ ਨਹੀਂ ਬਣਨਾ ਚਾਹੁੰਦਾ, ਜਾਂ ਕਿਸੇ ਮੈਂ ਭਾਰ ਨਹੀਂ ਪਾਉਣਾ ਚਾਹੁੰਦਾ ਜਾ ਕੇ। ਹੁਣ ਇੱਥੇ ਦੇਖਦੇ ਹਾਂ ਕੋਈ ਕਮਰਾ ਈਜ਼ੀ ਸਸਤਾ ਕਿਤੇ ਕਮਰਾ ਮਿਲ ਜਾਵੇ ਉੱਥੇ ਰਹਿ ਲੂਗਾ, ਜਾਂ ਗੁਰਦੁਆਰਾ ਸਾਹਿਬ ਗੱਲ ਕਰਦਾ ਵੀ ਉੱਥੇ ਗੁਰਦੁਆਰਾ ਸਾਹਿਬ ਵੀ ਸੇਵਾ ਕਰ ਲੂਗਾ ਨਾਲ ਨਾਲ ਉੱਥੇ ਕਰ ਲੂਗਾ, ਪਰ ਇਹ ਗੁਰਦੁਆਰਾ ਸਾਹਿਬ ਵੀ ਸ਼ਾਇਦ ਹੀ ਕਰੇ, ਕਿਉਂਕਿ ਇਹਨਾਂ ਨੂੰ ਜਿਹੜਾ ਇਹਨਾਂ ਸੈਟਅਪ ਲਾਇਆ ਹੋਇਆ ਲੱਗਦਾ ਇਹਨੂੰ ਇਹਦਾ ਮਿਹਨਤ ਕਰਕੇ ਜ਼ਿਆਦਾ ਇਹਨਾਂ ਨੂੰ ਮਜ਼ਾ ਆਉਂਦਾ ਇਸ ਚੀਜ਼ ਦਾ, ਮਿਹਨਤ ਦਾ ਸਵਾਦ ਤਾਂ ਜ਼ਿਆਦਾ ਵੱਖਰਾ ਹੀ ਹੁੰਦਾ। ਜਿੱਥੇ ਜਿਵੇਂ ਰਹਿ ਰਹੇ ਨੇ ਇਹ, ਇੱਕ ਇੱਥੋਂ ਦਾ ਇੱਥੇ ਰਾਤੀ ਜੰਗਲ ਹੀ ਬਣ ਜਾਂਦਾ ਪਟਵਾਰਖਾਨਾ ਜਿਹੜਾ ਹੈਗਾ ਸਾਰਾ ਇਹ, ਅਤੇ ਇਹ ਫਿਰ ਇੱਥੇ ਜਦੋਂ ਕੋਈ ਸੱਪ ਕੀੜਾ ਲੜ ਜੂਗਾ ਕੋਈ ਉਹ ਨੁਕਸਾਨ ਹੋਊਗਾ, ਫਿਰ ਇਹਦੇ ਬ੍ਰਦਰ ਦੀ ਇਹਦਾ ਕਹਿੰਦਾ ਮੇਰੀ ਪ੍ਰੋਪਰਟੀ ਵੀ ਹੈਗੀ, ਮਦਰ ਇਹਦੇ ਫਾਦਰ ਇਹਦੇ ਡੈਥ ਹੋਈ ਹੋਈ ਉਹਨਾਂ ਦੀ, ਇਹ ਕਹਿੰਦਾ ਸਾਡੀ ਇੱਕ ਪ੍ਰੋਪਰਟੀ ਹੈਗੀ ਦਿੱਲੀ ਦੇ ਵਿੱਚ, ਦਿੱਲੀ ਜਿੱਥੇ ਪ੍ਰੋਪਰਟੀ ਦੱਸਦਾ ਬੱਗਾ ਜੀ ਇਹ, ਉੱਥੇ 40-50 ਗਜ਼ ਜਗ੍ਹਾ ਹੈ, ਉਹ ਮੈਂ ਕਿਹਾ ਅੱਜ ਦੀ ਡੇਟ ਦਿੱਲੀ ਡੇਢ 2-2.5 ਕਰੋੜ ਦੀ ਹੋਣੀ ਹੋਣੀ ਹੈ, 1.5-2 ਕਰੋੜ ਦੀ ਹੋਣੀ ਹੋਣੀ ਹੈ ਘੱਟੋ ਘੱਟ। ਉਹ ਅਸੀਂ ਕਹਿੰਦੇ ਵੀ ਜੇ ਤੁਸੀਂ ਹੋਰ ਇਹਨੂੰ ਕੱਢਣਾ ਹੀ ਆ ਤਾਂ ਫਿਰ ਵੇਚ ਵਟਾ ਕਈ ਦਾ ਹਿੱਸਾ ਦਿਓ ਵਿਚਾਰ ਦਾ, ਜਾਂ ਨਾਲ ਰੱਖੋ ਇਹਨੂੰ, ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਬਈ ਹੋ ਸਕਦਾ ਇਹਦੇ ਵਿੱਚ ਵੀ ਕਮੀ ਹੋਵੇ, ਅਸੀਂ ਨਹੀਂ ਕਹਿੰਦੇ ਕੋਈ ਭਰਾ ਆਪਸ ਲੜਦੇ ਆ ਕੋਈ, ਹੋ ਸਕਦਾ ਹੋਵੇ, ਪਰ ਦੇਖੋ ਸਾਨੂੰ ਇੱਕ ਇੱਥੇ ਗੁਰੂ ਦਾ ਸਿੰਘ ਇੱਥੇ ਬਾਣਾ ਪਾ ਕੇ ਆਪਣਾ ਮਿਹਨਤ ਕਰ ਰਿਹਾ, ਸਾਨੂੰ ਉਹਦੇ 'ਚ ਵੀ ਖੁਸ਼ੀ ਹੋਈ ਹੈ, ਅਤੇ ਜੇ ਅਸੀਂ ਇਹਨੂੰ ਹੈਲਪ ਕਰਨੀ ਚਾਹੁੰਦੇ ਹਾਂ, ਕਹਿੰਦਾ ਮੈਨੂੰ ਹੈਲਪ ਨਹੀਂ ਚਾਹੀਦੀ, ਮੈਨੂੰ ਕੁਛ ਨਹੀਂ ਚਾਹੀਦਾ, ਪਲੀਜ਼ ਤੁਸੀਂ ਮੇਰੀ ਕੁਛ ਅਗਰ ਰਹਿਣ ਦਾ ਪ੍ਰਬੰਧ ਕਰ ਸਕਦੇ ਹੋ ਤਾਂ ਕਰੋ, ਤਾਂ ਕਿ ਅਸੀਂ ਹੁਣ ਮੈਂ ਲਵ ਨੂੰ ਵੀ ਕਿਹਾ, ਆ ਗਿੰਨੀ ਬਾਈ ਵੀ ਮੇਰਾ ਨਾਲ ਭਰਾ ਛੋਟਾ ਮੇਰਾ, ਅਸੀਂ ਇਹਨੂੰ ਵੀ ਕਹਿੰਦੇ ਹਾਂ ਵੀ ਕੋਈ ਕਮਰਾ ਕੁਮਰਾ ਦੇਖਦੇ ਇਹਦੇ ਵਾਸਤੇ, ਤਾਂ ਕਿ ਇਹਦਾ ਕੋਈ ਆਰਜ਼ੀ ਪ੍ਰਬੰਧ ਹੋ ਸਕੇ। ਹੋਰ ਹੈ ਜੇ ਕਿਵੇਂ ਕੋਈ ਖੋਜਦਾ ਇੱਕ ਖੋਖਾ ਟਾਈਪ ਵੀ ਹੋ ਸਕਦਾ, ਕਿਉਂ ਮਦਦ ਹਰ ਇੱਕ ਬੰਦਾ ਕਰ ਸਕਦਾ ਵੀ ਕਿਤੇ ਸੈਪਰੇਟ ਜਿਹਾ ਕਿਤੇ ਹੋਵੇ, ਜਿਵੇਂ ਇੱਧਰ ਮੈਂ ਦੇਖਿਆ ਵੀ ਤੁਹਾਡੇ ਬਹੁਤ ਸਾਰੇ ਮਕਾਨ ਖੰਡਰ ਬਣੀ ਹੋਈ ਪਏ ਆ, ਵੀ ਕਿਸੇ ਬੱਗਾ ਜੀ ਖੋਖਾ ਵੀ ਤਾਂ ਹੋਊਗਾ ਨਾ, ਦੇਖੋ ਮੇਰੀ ਗੱਲ ਸੁਣੋ, ਜੇ ਪੱਕੇ ਤੌਰ 'ਤੇ ਅਸੀਂ ਇਹਨੂੰ ਰੱਖਣਾ ਚਾਹੁੰਦੇ ਹੋਈ ਇੱਥੇ, ਜਾਂ ਆਪ ਰਹਿਣਾ ਚਾਹੁੰਦਾ ਹੋਵੇ, ਇਹ ਵੀ ਦਿੱਲੀ ਜਾਣਾ ਚਾਹੁੰਦਾ, ਆਪਣੇ ਭਾਈਆਂ ਆਪਣੇ ਪਰਿਵਾਰ 'ਚ ਜਾਣਾ ਚਾਹੁੰਦਾ, ਪਰ ਇਹ ਕਹਿੰਦਾ ਮੈਨੂੰ ਉੱਥੇ ਕੁੱਟਦੇ ਨੇ ਮਾਰਦੇ ਨੇ ਜਦੋਂ ਜਾਂਦਾ। ਮੈਂ ਤਾਂ ਹੁਣ ਇਹ ਚਾਹੂੰਗਾ ਵੀ ਪ੍ਰਸ਼ਾਸਨ ਥਰੂ ਇਹਨੂੰ ਭੇਜੀਏ, ਜਿੱਥੇ ਜਾਣਾ ਇਹਨੇ ਪ੍ਰਸ਼ਾਸਨ ਦੇ ਥਰੂ ਜਾਵੇ ਇਹ, ਤਾਂ ਕਿ ਪ੍ਰਸ਼ਾਸਨ ਦੀ ਨਿਗਾਹ 'ਚ ਹੋਵੇ ਇਹ, ਤਾਂ ਕਿ ਉਹ ਇਹਨੂੰ ਕੁੱਟਣ ਨਾ, ਅਤੇ ਇਹ ਵੀ ਅੱਗੇ ਜੇ ਕੋਈ ਇਹਦੀ ਪਰਮੇਸ਼ੀ ਹੈਗੀ ਆ ਉਹ ਵੀ ਉਹਨੂੰ ਦੱਸ ਦੇਣਾ, ਇਹਨਾਂ ਨੂੰ ਪ੍ਰੋਫੈਸਰ ਵਿੱਚ ਬੈਠ ਕੇ ਗੱਲ ਕਰ ਲੈਣਾ ਆਪਣਾ। ਅਸੀਂ ਤਾਂ ਚਾਹੁੰਦੇ ਵੀ ਬੰਦਾ ਦਰ ਦਰ ਦਾ ਰੋਲੇ ਨਾ, ਦੇਖੋ ਦਿੱਲੀਓਂ 4-5 ਸਾਲ ਦੇ ਦਿੱਲੀਓਂ ਰੋਲ ਬੱਗੇ ਆਇਆ ਹੋਇਆ, ਪਹਿਲਾਂ ਫਤਿਹਗੜ੍ਹ ਸਾਹਿਬ ਰੋਲੇਦਾਰ ਰਿਹਾ, ਫਿਰ ਕੁਰਾਲੀ ਰੋਲਦਾ ਰਿਹਾ, ਫਿਰ ਰੋਪੜ ਆ ਗਿਆ, ਅਸੀਂ ਇਹ ਚਾਹੁੰਦੇ ਇਸ ਚੀਜ਼ ਤੋਂ ਪਰੇ ਹੋਵੇ ਇਹ। ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਆਇਆਂ ਨੂੰ? 4 ਸਾਲ ਹੋ ਗਏ ਜੀ ਇਹਨੂੰ। 4 ਸਾਲ ਤੋਂ ਦਿੱਲੀ ਛੱਡੀ ਹੋਈ ਤੁਸੀਂ, ਕਦੇ ਫਤਿਹਗੜ੍ਹ ਸਾਹਿਬ, ਕਦੇ ਰੋਪੜ, ਕਦੇ ਕੁਰਾਲੀ, ਹੈ ਨਾ?
ਤੁਸੀਂ ਚਾਹੁੰਦੇ ਕਿਆ ਵੀ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਨੀ? ਇਹ ਸੋਚ ਰਹੇ ਹਾਂ ਜੈਸੇ ਕਿ ਮੇਰਾ ਇਹ ਕੰਮ ਇੱਥੇ ਚੱਲ ਜਾਵੇ ਤਾਂ ਮੈਂ ਇੱਥੇ ਹੀ ਰਹਿਵਾਂ, ਔਰ ਕੋਈ ਮੈਨੂੰ ਕੋਈ ਕਮਰਾ ਮਿਲ ਜਾਵੇ ਛੋਟਾ ਜਾਂ ਮੋਟਾ ਜਾਂ। 2500 ਰੁਪਏ ਪੈਨਸ਼ਨ ਵੀ ਤੁਹਾਨੂੰ ਆਉਂਦੀ ਆਂਦੀ ਹੈ ਮੈਨੂੰ 2500 ਕਿਰਾਏ ਤੇ ਕਮਰਾ ਲੈ ਮਿਲ ਜਾਵੇ ਤੁਹਾਨੂੰ। ਮਿਲ ਜਾਵੇ ਤਾਂ ਮੈਂ ਲੈ ਲਵਾਂਗਾ। ਕਿਰਾਇਆ ਤੁਸੀਂ ਦੇ ਸਕਦੇ ਹੋ? ਦੇ ਸਕਦੇ ਹਾਂ ਕਿਰਾਇਆ। ਫਿਰ ਤਾਂ 2500 ਵਿੱਚ ਬੰਦਾ ਵੀ ਜਰਾ ਕੀ ਕਿਰਾਇਆ ਭੜਾ ਦਊਗਾ ਮੇਰੀ ਗੱਲ ਸੁਣ। ਚਲੋ ਜੇ ਕੰਮ ਹੀ ਕਰੂਗਾ ਕਿੰਨਾ ਕੰਮ ਕਰੂਗਾ। ਅਸੀਂ ਤਾਂ ਚਾਹੁੰਦੇ ਵੀ ਇਹ ਬੰਦਾ ਆਪਦੇ ਘਰ ਦਿੱਲੀ ਜਾਵੇ, ਦਿੱਲੀ ਜਾ ਕੇ ਇਹਨੂੰ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਹੈਗੀ ਆ ਉਹਨਾਂ ਨੇ ਪੈਨਸ਼ਨ ਲਵਾ ਦਿੱਤੀ ਹੈ। ਮਰਵਾਸ ਕੋਈ ਉੱਥੇ ਮੈਂਬਰ ਹੈਗੇ ਮਰਵਾਸ ਸਾਹਿਬ? ਤਜਿੰਦਰ ਸਿੰਘ ਮਰਵਾਸ, ਧਰਮਿੰਦਰ ਸਿੰਘ ਮਰਵਾਸ ਉੱਥੇ ਮੈਂਬਰ ਨੇ DGPS ਦੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਪੈਨਸ਼ਨ ਲਵਾ ਕੇ ਦਿੱਤੀ ਹੋਈ ਹੈ ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਜਿੰਨੀ ਕਿ ਇਹਨੂੰ ਪੈਨਸ਼ਨ ਲੱਗੀ ਹੋਈ ਆ ਉਹਦੇ 'ਚ ਤਾਂ ਗੁਜ਼ਾਰਾ ਹੋ ਜਾਂਦਾ ਬੜੇ ਮਜ਼ੇ ਨਾਲ। ਦਿੱਲੀ ਜਾ ਕੇ ਵੀ ਆਪਣੇ ਭਰਾਵਾਂ ਦੇ ਬੋਝ ਥੋੜ੍ਹਾ ਬਣਨਾ ਜੀ ਨੇ, ਆਪਣਾ ਕੰਮ ਹੀ ਕਰੂਗਾ। ਇਹ ਕਹਿੰਦਾ ਮੈਂ ਇੱਕ ਹੱਥ ਨਾਲ ਪੈਟਰੋਲ ਪੰਪ ਪਾਉਂਦਾ ਰਿਹਾ, ਪਹਿਲਾਂ ਤੇਲ 'ਤੇ ਲੱਗਿਆ ਰਿਹਾ, ਪੰਪ 'ਤੇ ਲੱਗਿਆ ਰਿਹਾ ਇੱਕ ਹੱਥ, ਉੱਥੇ ਤੇਲ ਪਾਉਂਦਾ ਰਿਹਾ ਇੱਕ ਹੱਥ ਨਾਲ। ਇਹ ਹੈ ਤਾਂ ਮਿਹਨਤੀ ਹੈ ਨਾ ਜੀ, ਕਰੀ ਹੈ ਅਸੀਂ ਚਾਹੁੰਦੇ ਹਾਂ। ਪਰ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਇਹ ਤੁਹਾਨੂੰ ਮਿਲੇ ਕਿੱਥੇ ਹੈ? ਮੈਂ ਕਿਹਾ ਵੀ ਮੈਂ ਸਦਰ ਥਾਣੇ ਦੇ ਕੋਲ ਮੈਂ ਵੀ ਜਾ ਰਿਹਾ ਸੀਗਾ, ਅਚਾਨਕ ਜਦੋਂ ਇਹ ਕਿਸੇ ਨੂੰ ਪੁੱਛ ਰਿਹਾ ਸੀ ਕਿ ਮੈਂ ਇੱਥੇ ਰਿਹੜੀ ਲਾ ਲਵਾਂ, ਇੱਥੇ ਰਿਹੜੀ ਲਾ ਲਵਾਂ, ਇੱਥੇ ਰਿਹੜੀ ਲਾ ਲਵਾਂ, ਮੈਂ ਜਦ ਇਹਦੇ ਇਹਨਾਂ ਦੇ ਹਾਲਾਤ ਦੇਖੇ ਆ ਮੈਂ ਕਿਹਾ ਯਾਰ ਬੜਾ ਵਧੀਆ ਬਾਣਾ ਪਾਇਆ ਹੋਇਆ। ਔਰ ਚਾਹ ਦੀ ਰਿਹੜੀ, ਮੈਂ ਚਾਹ ਦੀ ਰਿਹੜੀ ਵੱਲ ਮੈਂ ਧਿਆਨ ਨਹੀਂ ਸੀ ਮਾਰਿਆ ਵੀ ਰਿਹੜੀ ਕਿੱਦਾਂ ਦੀ ਬਣਾਈ ਹੋਈ ਹੈ। ਚੋਰੀ ਕਰਕੇ ਲੈ ਜੂਗਾ, ਦੇਖੋ ਮੇਰੀ ਗੱਲ ਸੁਣੋ, ਮੈਨੂੰ ਤਾਂ ਹੋਰ ਵੀ ਡਰ ਹੈਗਾ, ਇੱਥੇ ਨਸ਼ੇ ਹੀ ਘੁੰਮਦੇ ਆ, ਹੋਰ ਘੁੰਮਦੇ ਜਿਹੜੇ, ਦੇਖੋ ਇਹ ਤਾਂ ਸਿਲੰਡਰ ਚੋਰੀ ਕਰ ਲੂ, ਕੋਈ ਹੋਰ ਇਹਨੂੰ ਕੁੱਟ ਮਾਰੂਗਾ, ਇਹਦਾ ਮੋਬਾਈਲ ਖੋਲੂਗਾ ਕੋਈ ਨਾ ਕੋਈ ਇੱਥੇ ਆ ਕੇ। ਮੈਂ ਕਹਿੰਦਾ ਵੀ ਉਸ ਚੀਜ਼ ਤੋਂ ਪਰੇ ਹੋਵੇ ਇਹ, ਤਾਂ ਕਿ ਆਪਣੀ ਵੀ ਸੇਫਟੀ ਰਹੇ ਇਹਦੀ ਤੇ ਤਾਂ ਕਿ ਇਹਦੀ ਜਿਹੜੀ ਅਗਲੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਬਸਰ ਕਰ ਸਕੇ। ਗੱਲ ਹੋਰ ਹੈ, ਜਿੱਦਾਂ ਕੋਈ ਤੇਰੇ ਨਾਲ ਕੋਈ ਨਸ਼ੇ ਵਗੈਰਾ ਕੋਈ ਆਵੇ ਤਾਂ ਤੁਹਾਨੂੰ ਹਿੰਮਤ ਹੈਗੀ ਨਾ ਮੁਕਾਬਲਾ ਕਰਨ ਦੀ? ਕਿਰਪਾਨ ਮੈਂ ਕਿਰਪਾਨ ਰੱਖੀ ਵੀ ਮੈਂ ਦੇਖ ਬਸਰ ਕਰ ਰਹੀ ਹਾਂ, ਬਰਛਾ ਵੀ ਹੈ, ਕਿਰਪਾਨ ਵੀ ਹੈ ਮੇਰੇ ਕੋਲ। ਚਲੋ ਯਾਰ, ਆਪਣਾ ਹੈਗਾ ਮੇਰੇ ਕੋਲ, ਤੂੰ ਤੇ ਕੋਈ ਲਵ ਦਾ ਨੰਬਰ ਹੈਗਾ ਨਾ? ਦੋ ਦਿਨ ਪਹਿਲਾਂ ਅਸੀਂ ਇੱਕ ਗੁਰਸਿੱਖ ਸਾਫ ਸੁਥਰੀ ਸੂਰਤ ਗੁਰਸਿੱਖ ਦੀ ਫੋਟੋ ਦਿਖਾਈ ਸੀ, ਵੀਡੀਓ ਦਿਖਾਈ ਸੀ ਕਿ ਉਹ